سلوات باواز بلند پر کافی مجمع سلوات پڑھنا عبادت ہے، بلند تر سلوات پڑھو اللہ اپنے اپنے جائز حاجات دی قبولیت دی خاطر بلند سلوات پڑھو بانیان دے وسعت رزق دی خاطر بلند سلوات پڑھو اللہ نعرہ تکبیر اللہ اکبر نعرہ رسالت یا رسول اللہ نعرہ حیدری یا علی علیہ الصلوۃ والسلام عبادت ہے مل کے حیدری یا علی علیہ الصلوۃ والسلام دو چار بندے شامل نہیں ہوئے ملا کے حیدری یا علی علیہ الصلوۃ والسلام چوتھا نعرہ حیدری یا علی علیہ الصلوۃ والسلام اول تو آخر دوویں ہاتھ بلند کر کے پنجواں نعرہ حیدری یا علی علیہ الصلوۃ والسلام صلوات سارے صحبان پر اعوذ باللہ من الشیطان اللعین الرجیم بسم اللہ الرحمن الرحیم وبه نستعین وصلی اللہ علی محمد محمد سہنی سلوات رب اشرح لی صدری ویسر لی امری وحلل عقدۃ من لسانی یفقہوا قولی بے حق لسان صدقان علی سونی سلوات والصلاة والسلام على سیادات الجلیلت المخدومت المحرومہ جڑی خالی ولی آئی جندا بھرا کوئی نہ آئی جڑی ڈھیر زخمی آئی جن وجہیں سمجھ نہیں آئی جڑی آدھی آئی آلی میو غریبا جن دھیاں دے سامنے مرین درین آن حق میرا سے ابیاں سلطان بھرا دے خیمے وچ کوئی لمحہ ضائع نہیں کیتا یقیناً ہر آزادار رومن آئے
ਜਿਸ ਮਕਾਮ ਤੇ ਬੈਠਾ ਮੈਂ ਪਿਆਦਾ ਸੁਲਤਾਨ ਫਿਰਾ ਦੇ ਖੈਮੇ ਵਿੱਚ ਆਈ ਆਲੀਆ ਕਰਨ ਸਲਾਏ ਅਸਾਂ ਸਿਹਰਾ ਪਾਵਣ ਆਏ ਅਕਬਰ ਨੂੰ ਆਦਾਸ ਤੇਰੀ ਕਿਆ ਮਨਸ਼ਾ ਜੀ ਬਿਸਮਿਲ੍ਲਾ ਨੌਕ ਇਮਾਮ ਹੁਸੈਨ ਬਾਦਸ਼ਾਹ ਭੇਣ ਦੇ ਗੱਲ ਚ ਬਈ ਪਾਈਆਂ ਅਕਬਰ ਦਾ ਬਾਬਰ ਉਨਾ ਸੈਯਦ ਦੀ ਆਵਾਜ਼ ਪਈ ਆਉਂਦੀ ਹੈ ਯਾ ਪਹਿਲਾ ਬਨਰਾ ਹੈ ਵਾ ਦੁਨੀਆ ਦਾ ਜਿਹਦਾ ਸਿਹਰਾ ਖਾਕ ਸ਼ਫਾਏ ਵਾਈ ਦੀ ਜੰਝ ਰੁਲਣਾਈ ਬਾਜ਼ਾਰਾਂ ਵਿੱਚ ਵਧੀ ਮੰਗਸੀ ਟੁਰਨ ਦਾ ਜੀ ਬਿਸਮਿਲ੍ਲਾ ਨੌਕ ਜੀ ਬਿਸਮਿਲ੍ਲਾ ਕਰ ਅਰਮਾਨ ਲੱਗੇ ਪੂਰੇ ਪਾਕਿਸਤਾਨ ਦਾ ਮਜਮਾ ਇਬਤਦਾ ਮਜਲਿਸ ਥੋੜੇ ਬੰਦਿਆਂ ਹੈ ਕੀਤੀ ਬਾਬਾ ਜੀ ਮੈਂ ਬੀਬੀ ਤੂੰ ਪਿੰਨ ਕੇ ਬੀਬੀ ਮੈਨੂੰ ਤਾਕਤ ਦੇਵੇ ਮੈਂ ਤੇਰੇ ਪੁੱਤਰ ਦੇ ਆਜ਼ਾਦਾਰਾਂ ਤੱਕ ਇੱਕ ਵੈਣ ਪਹੁੰਚਾਵਾਂ ਜਿਹੜੇ ਵੇਲੇ ਹੁਸੈਨ ਬਾਦਸ਼ਾਹ ਆਖੇ ਅੱਬਾਸ ਅਕਬਰ ਹੋਏ ਜਿੰਦੇ ਜਾਨੀ ਬਾਜ਼ਾਰਾਂ ਚ ਰੁਲਣੇ ਨੇ ਮਿੰਬਰ ਦੀ ਕਸਮ ਅੱਬਾਸ ਬਾਂਦਾ ਬਾਂਦਾ ਮਿੱਟੀ ਤੇ ਬਹਿ ਗਈ ਆ ਦੋਵੇਂ ਕਦਮਾਂ ਤੇ ਹੱਥ ਸਰਦਾਰ ਦੇ ਕਦਮਾਂ ਤੇ ਹੱਥ ਲਾਏ ਸ ਰੁਨਾ ਦਰੋ ਗਿਆ ਦਾ ਸਰਦਾਰ ਕਹਿਣ ਦੀ ਜ਼ਰੂਰਤ ਜੇ ਤੈ ਨੌਕਰ ਜੀਂਦਾ ਹੋਵੇ ਕਹਿਣ ਦੀ ਜ਼ਰੂਰਤ ਉਹ ਅਕਬਰ ਦੇ ਜਾਂਜੀ ਰੁਆਵੇ ਹੁਸੈਨ ਬਾਦਸ਼ਾਹ ਫਿਰਾ ਦੇ ਗੱਲ ਚ ਬਈ ਪਾ ਕੇ ਜਿਹੜਾ ਜਵਾਬ ਦਿੱਤਾ ਹੈ ਮੈਂ ਉਹਨੂੰ ਸ਼ੀਆ ਹੀ ਨਹੀਂ ਮੰਨਦਾ ਜਿਹੜਾ ਹੈ ਹੀ ਨਹੀਂ ਕਰ ਸਕਦਾ ਹੁਸੈਨ ਫਿਰਾ ਦੇ ਗੱਲ ਚ ਬਈ ਭਾਈ ਅੰਤ ਸੈਯਦ ਉਚਰਨਾ ਹੀ ਆ ਸੈਯਦਾਂ ਦੀ ਜਾਨ ਚੜ ਸੀ ਵਾ ਕਲ ਸੰਗਤ ਹੋਸੈ ਤੂੰ ਵੀ ਗਾਜ਼ੀ ਨਾਲੇ ਆਈ ਦੀਆਂ ਭੈਣੀ ਫੁੱਫੀਆ ਮਾਵਾਂ ਦੇਵਾ ਖੁੱਲ ਵੈਸਨ ਸਰ ਦੇਵਾਲ ਮੈਂ ਬਿਸਮਿਲ੍ਲਾ ਕਰਾਂ ਬਈ ਮਾਂ ਹੁਸੈਨ ਦੀ ਢੇਰ ਇੱਜ਼ਤ ਦੇਵੀ ਜੀ ਬਿਸਮਿਲ੍ਲਾ ਕਰਾਂ ਨੌਕਰ ਬਸ ਇਤਨਾ ਪੜ੍ਹਨਾ ਆਈ ਦੋ ਆਂਸੂ ਆ ਗਏ ਹਿੱਸਾ ਮਿਲ ਗਿਆ ਜ਼ਾਕਰੀ ਮਨਵਾਵਣ ਦਾ ਨਾਂ ਨਹੀਂ ਹੁੰਦਾ ਮੁਕਾਬਲੇ ਬੁਰੇ ਆਲਾ ਗਿਰਦੋ ਨਵਾਦ ਦਾ ਗੈਰਤਮੰਦ ਸ਼ੀਆ ਖੁਸ਼ੀਆਂ ਤਿੱਠਾਂ ਦੇ ਜਿਸ ਘਰ ਮਈਅਤ ਹੋਵੇ ਨਾ ਅੱਛਾ ਬਿਸਮਿਲ੍ਲਾ ਕਰਾਂ ਸੈਯਦਾਂ ਦੀ ਜਾਨ ਚੜ ਸੀ ਵਾ ਕਲ ਸੰਗਤ ਹੋਸੈ ਤੂੰ ਵੀ ਗਾਜ਼ੀ ਨਾਲੇ ਆਈ ਦੀਆਂ ਭੈਣੀ ਫੁੱਫੀਆਂ ਮਾਵਾਂ ਦੇਵਾ ਖੁੱਲ ਵੈਸਨ ਸਰ ਦੇ ਬਸ ਜੀ ਬਿਸਮਿਲ੍ਲਾ ਕਰਾਂ ਜੀ ਬਿਸਮਿਲ੍ਲਾ ਕਰਾਂ ਨੌਕਰ ਮੈਂ ਬਿਸਮਿਲ੍ਲਾ ਕਰਾਂ ਨੌਕਰ ਬਸ ਵਕਤ ਇਤਨਾ ਮੈਂ ਅੱਗੇ ਮੁਕਾਬਲੇ ਖੁਸ਼ੀਆਂ ਤੇ ਠਾਂਦੇ ਨੇ ਜਿੱਥੇ ਜਨਾਜ਼ੇ ਹੋਵਨ ਉੱਥੇ ਮੁਕਾਬਲੇ ਨਹੀਂ ਠਾਂਦੇ ਸਾਰੇ ਇੱਜ਼ਤਦਾਰ ਅਜ਼ਾਦਾਰ ਉਹ ਹੁਸੈਨ ਦਾ ਜ਼ਾਕਿਰਾ ਤੁਹਾਡਾ ਮਹਿਮਾਨ ਆ ਇਹ ਹੱਥ ਜੋੜ ਕੇ ਮਿੰਨਤ ਪੀਆ ਕਰੇਂਦਾ ਇਸ ਵਾਸਤੇ ਨਹੀਂ ਜੇ ਤੂੰ ਹਾਏ ਕਰੇਂ ਲਫ਼ਜ਼ ਨਾਲ ਲੈ ਜਾਵੇਂ ਜਿੱਥੇ ਯਾਦ ਆਵੀ ਦੁਆ ਕਰੇਂ ਹਰ ਸ਼ੀਆ ਸੁੰਨੀ ਨਮਾਜ਼ ਫਰੀਜ਼ਾ ਤੋਂ ਬਾਅਦ ਨਾ ਇਹ ਦੁਆ ਦੇ ਹੱਥ ਬੁਲੰਦ ਕਰੇਂਦਾ ਪੁੱਤਰ ਨਾ ਹੋਵੇ ਖਾਨ ਜੀ ਬੰਦਾ ਪੁੱਤਰ ਦੀ ਦੁਆ ਮੰਗਦਾ ਰਿਜ਼ਕ ਨਾ ਹੋਵੇ ਬੰਦਾ ਰਿਜ਼ਕ ਦੀ ਦੁਆ ਮੰਗਦਾ ਬਾਈ ਜਾਨ ਇੱਜ਼ਤ ਨਾ ਹੋਵੇ ਚਾਚਾ ਤਾਂ ਬੰਦਾ ਇੱਜ਼ਤ ਦੀ ਦੁਆ ਮੰਗਦਾ ਅੱਲਾ ਕਰੇ ਮੇਰੀ ਦੁਆ ਸਮਝ ਆ ਗਈ ਅੱਗੇ ਪੜ੍ਹਨ ਦੀ ਲੋੜ ਨਾ ਰਸੀ ਹਰ ਬੰਦਾ ਕੋਈ ਪੁੱਤਰ ਮੰਗਦਾ ਕੋਈ ਜਾਇਦਾਦ ਮੰਗਦਾ ਅੱਲਾ ਦੀ ਕਾਇਨਾਤ ਦਾ ਇੱਕ ਐਸਾ ਆਲਮ ਰੱਬਾਨੀ ਗੁਜ਼ਰਿਆ ਜਿਹਦਾ ਨਾਮ ਹੈ ਅਲਾਮਾ ਕਾਜ਼ਮ ਕਿਫਾਈ ਹਰ ਨਮਾਜ਼ ਪੰਜ ਗਾਨਾਂ ਤੋਂ ਬਾਅਦ ਨਾ ਇਹ ਅਈਆਂ ਦੁਆ ਦੇ ਹੱਥ ਬੁਲੰਦ ਕਰਿਆ
ਤੇ ਰੋ ਰੋ ਕੇ ਆਦਾਈ ਅਕਬਰ ਦਾ ਬਾਬਾ ਉਸੇ ਹਾਲਤ ਚ ਜ਼ਿਆਰਤ ਕਰਾ ਨਾ ਜਿਵੇਂ ਜ਼ੀਨ ਛੋੜੀ ਆਈ ਆ। ਸਦਕੇ ਬਈ ਜਿਹੜਾ ਅਮੀਰ ਏ ਬਈ ਉਹ ਬੰਦਾ ਹਾਏ ਨਾ ਕਰੇ, ਜਿਹੜਾ ਆਜ਼ਾਦਾਰ ਬਣ ਕੇ ਆਇਆ ਉਹ ਬੰਦਾ ਹਾਏ ਕਰੇ, ਉਸੇ ਹਾਲਤ ਚ ਜ਼ਿਆਰਤ ਕਰਾ ਨਾ ਜਿਵੇਂ ਜ਼ੀਨ ਛੋੜੀ ਆਈ ਆ। ਦੁਆ ਬੁਰੇ ਆਲਾ ਗਿਰਦੋ ਨਵਾਦ ਗੈਰਤਮੰਦ ਸ਼ੀਆ ਕਬੂਲ ਹੋ ਗਈ। ਬਸ ਮੰਜ਼ਲ ਤੇ ਆਵਾਂ, ਅਕਬਰ ਦੇ ਬਾਬੇ ਜ਼ਿਆਰਤ ਕਰਾਈ, ਹਾਲਤ ਇਹ ਆਈ ਸਰ ਤੋਂ ਲੈ ਕੇ ਪੈਰਾਂ ਤਾਈਂ ਜ਼ਖਮ, ਤੀਰਾਂ 'ਚ ਤਲਵਾਰਾਂ ਦੇ ਜ਼ਖਮ, ਤਲਵਾਰਾਂ 'ਚ ਨੇਜ਼ਿਆਂ ਦੇ ਜ਼ਖਮ, ਨੇਜ਼ਿਆਂ 'ਚ ਭਾਈਜਾਨ ਪੱਥਰਾਂ ਦੇ ਜ਼ਖਮ। ਮੌਲਾ ਨੂੰ ਜ਼ਖਮੀ ਵੇਖ ਕੇ ਨਾ ਅਲਾਮਾ ਕਦਮਾਂ 'ਤੇ ਹੱਥ ਲਾ ਕੇ ਆਦਾ, ਹੈ ਮੌਲਾ ਇਤਨੇ ਜ਼ਖਮ। ਅਕਬਰ ਦਾ ਬਾਬਾ ਰੁਨਾ ਤੇ ਅਲਾਮਾ ਦੇ ਗੱਲ 'ਚ ਬਈ ਪਾ ਕੇ ਆਦਾ, ਇਨਸਾਫ਼ ਨਹੀਂ ਕੀਤਾ, ਜਿਹਨੂੰ ਛਤਰੀ ਮੁਲਕ ਰਲ ਕੇ ਮਾਰੇ ਉਹਨੂੰ ਕਿਤਨੇ ਜ਼ਖਮ ਆਉਣੇ ਚਾਹੀਦੇ। ਸਦਕੇ ਬਈ, ਸਦਕੇ ਬਈ, ਸੋਹਣੇ ਜੋੜਾਇਓ ਬਈ, ਮਾਂ ਹੁਸੈਨ ਦੀ ਢੇਰ ਇੱਜ਼ਤ ਦੇਵੇ, ਜਿਹਨੂੰ ਛਤਰੀ ਮੁਲਕ ਰਲ ਕੇ ਮਾਰੇ ਉਹਨੂੰ ਕਿਤਨੇ ਜ਼ਖਮ ਆਉਣੇ ਚਾਹੀਦੇ ਨੇ। ਬਸ ਤਮਹੀਦ ਖਤਮ ਤੇ ਥਾਈ ਵੈਣ ਸੁਣੋ। ਹਰ ਜ਼ਾਕਿਰ ਤੂੰ ਸੁਣਿਆ ਨੇ ਬਈ, ਹੁਸੈਨ ਅਕਬਰ ਚਾਵਣ ਗਈ ਤੇ ਮੁਸਲਮਾਨਾਂ ਮਾਰਿਆ, ਹੁਸੈਨ ਕਾਸਿਮ ਦੀ ਲਾਸ਼ ਛੁੜਾਵਣ ਗਈ ਹੈ ਤਾਂ ਮੁਸਲਮਾਨਾਂ ਮਾਰਿਆ। ਇਹੋ ਜੁਮਲਾ ਚਾਚਾ ਮੈਂ ਪਰਸੋਂ ਕਰਾਚੀ ਸ਼ਾਹ ਖੁਰਸਾਨ ਆਖਿਆ ਨਾ, ਮੌਲਾ ਢੇਰ ਸਾਰੀ ਇੱਜ਼ਤ ਅਤਾ ਕੀਤੀ। ਬੰਦਾ ਵੇਖਣਾ ਜਿਹੜਾ ਆਜ਼ਾਦਾਰ ਹੀ ਇਹ ਆਇਆ ਹੀ ਮਜਲਿਸ ਵਿੱਚ ਤੇ ਹਾਏ ਕਿਉਂ ਨਹੀਂ ਕਰੇਂਦਾ। ਮਿੰਬਰ ਦੀ ਕਸਮ ਹੈ ਜ਼ਾਕਿਰਾ ਦਿਨ ਬਈ ਕਾਸਿਮ ਨੂੰ ਚਾਵਣ ਗਈ ਹੈ ਅਤੇ ਮੁਸਲਮਾਨਾਂ ਮਾਰਿਆ। ਕਿਤਾਬ ਦਾ ਨਾਂ ਹੈ ਬਹੂਰ ਉਲ ਗੁੰਮਾ, ਆਗਾ ਮੁਹੰਮਦ ਅਲੀ ਲਖਨਵੀ, ਲਖਨਊ ਵਾਲੇ ਲਿਖਣ ਵਾਲੇ ਨੇ। ਉਹ ਫਰਮਾਨ ਜੀ, ਅਗਰ ਅੱਬਾਸ ਦੇ ਜੀਂਦਿਆਂ ਮੁਸਲਮਾਨਾਂ ਹੁਸੈਨ ਨੂੰ ਮਾਰਿਆ ਹੈ ਤਾਂ ਇਹ ਅੱਬਾਸ ਦੇ ਵਫਾ ਦੀ ਤੌਹੀਨ ਹੈ। ਨੌਕਰ ਜੀਂਦਾ ਹੋਵੇ ਤੇ ਮੁਸਲਮਾਨ ਸਰਦਾਰ ਨੂੰ ਮਾਰੇ, ਵਤ ਕਰੋ ਨਾ ਸਵਾਲ, 9 ਲੱਖ ਹੁਸੈਨ ਨੂੰ ਮਾਰਿਆ ਤਾਂ ਹੈ ਨਾ। ਮੈਂ ਜਿਸ ਵਾਸਤੇ ਹੱਥ ਬੱਧਿਆਂ ਲਫ਼ਜ਼ ਨਾਲ ਲੈ ਜਾਵੇਂ, ਬਸ ਇਤਨਾ ਫਰਕ ਯਾਦ ਰੱਖੇ, ਮੁਸਲਮਾਨਾਂ ਮਾਰਿਆ ਜ਼ਰੂਰ ਹੈ ਮਗਰ ਅੱਬਾਸ ਦੇ ਜੀਂਦਿਆਂ ਹੁਸੈਨ ਨੂੰ ਮਾਰਿਆ ਕਹਿ ਨਹੀਂ, ਅੱਬਾਸ ਤੋਂ ਬਾਅਦ ਹੁਸੈਨ ਨੂੰ ਛੁੜਾਇਆ ਕਹਿ ਨਹੀਂ। ਵਤ ਕਾਤਲਾਂ ਦੀ ਮਰਜ਼ੀ ਹੋਵੇ, ਕੋਈ ਸੱਜੇ ਲੈ ਵੰਜਿਆ ਗਰੀਬ ਸੱਜੇ ਵਹਿੰਦਾ ਈ, ਕੋਈ ਖੱਬੇ ਲੈ ਵੰਜਿਆ ਗਰੀਬ ਖੱਬੇ ਵਹਿੰਦਾ ਈ, ਆਦੇ ਰਾਜ ਰਾਜ ਮਾਰੋ ਮੇਰੇ ਛੁੜਾ ਵੜਾ ਲਾ ਕੋਈ ਨਹੀਂ। ਅਲਹਮਦੁਲਿਲਾ, ਸੋਹਣੇ ਇਸੇ ਦੇ ਆਂਸੂ ਆ ਗਏ ਬਈ। ਇਹ ਤਾਂ ਹੈ ਅੱਬਾਸ ਤੋਂ ਬਾਅਦ ਹੁਸੈਨ ਦੀ ਹਾਲਤ, ਅੱਬਾਸ ਤੋਂ ਬਾਅਦ ਭਾਈਜਾਨ ਭੈਣਾਂ ਦੀ ਕਿਵੇਂ ਨਿਭੀਏ। ਹੱਥ ਇਸ ਰੰਗ ਨਾਲ ਹੈਨ, ਔਖੇ ਬਾਜ਼ਾਰ ਨਿਭਾਏ ਨੇ। ਸ਼ੀਆ ਹੁੰਦਾ ਹੀ ਉਹੇ ਜਿਹੜਾ ਨਮਾਜ਼ੀ ਚਾਚਾ ਹੋਵੇ, ਦੋ ਹੀ ਤਰੋਵਣੇ ਅੱਲਾ ਨੂੰ ਚੰਗੇ ਲੱਗਦੇ ਨੇ, ਜਾਂ ਖੌਫ ਖੁਦਾ 'ਚ ਬੰਦਾ ਰੋਵੇ ਜਾਂ ਗਮੇ ਹੁਸੈਨ 'ਚ ਰੋਵੇ। ਨਮਾਜ਼ੀ ਮੈਂ ਕਿਹਾ ਸ਼ੀਆ ਨੂੰ ਹੋਣਾ ਚਾਹੀਦਾ, ਅਲੀ ਦੀਆਂ ਧੀਆਂ ਬਹੁ ਔਖੀ ਨਮਾਜ਼ ਪੜ੍ਹੀਏ। 71 ਜਾਂ 72 ਬਾਜ਼ਾਰ ਗੁਜ਼ਾਰੇ ਨੇ ਜਿਹੜੇ ਕਿਤਾਬ ਨਾਲ ਪਿਆਰ ਕਰਦੇ, ਉਹ ਰਿਵਾਇਤ ਅਜ਼ਾ ਕਿਤਾਬ ਦਾ ਨਾਂ ਹੈ, ਸਾਹਿਬ ਕਿਤਾਬ ਲਿਖਦੇ ਨੇ। ਢੇਰ ਸਾਰੇ ਬਾਜ਼ਾਰ ਹਨ ਜਿਹੜੇ ਮੁਸਲਮਾਨਾਂ ਅਲੀ ਦੀਆਂ ਧੀਆਂ ਨੂੰ ਉੱਠ ਸਮੇਤ ਗੁਜ਼ਾਰੇ ਨੇ, ਉੱਠ ਅਤੇ ਅਲੀ ਦੀਆਂ ਧੀਆਂ ਸਵਾਰੋਂ ਮੈਂ ਨਾ ਅਤੇ ਬਾਜ਼ਾਰ ਗੁਜ਼ਰੇਂਦੇ ਹਨ। ਇੱਕ ਬਾਜ਼ਾਰ 'ਚ ਰਸ਼ ਵਧਿਆ ਅਤੇ ਲੋਕਾਂ ਪੱਥਰ ਮਾਰਨੇ ਜੋ ਸ਼ੁਰੂ ਕੀਤੇ ਨਾ, ਇਹਨਾਂ ਤਾਜ਼ੀਆਂ ਚਾ ਕੇ ਉੱਠ ਉਠਾਵਣੇ ਸ਼ੁਰੂ ਕੀਤੇ ਨੇ। ਇੱਕ ਇਹੋ ਜਿਹਾ ਉੱਠਾਈ ਇੱਜ਼ਤ ਵਾਲਿਓ ਜਿਹੜਾ ਜ਼ਖਮੀ ਹੋ ਗਈ ਹੈ, ਖਾਨ ਜੀ ਪੇਸ਼ਾਨੀ ਫਟ ਗਈ ਹੈ ਮਗਰ ਉੱਠਿਆ ਨਹੀਂ, ਬਾਕੀ ਹੈਵਾਨ ਦੇ ਪਾਸ ਵੇਖ ਕੇ ਦਿਨ ਇਤਨੇ ਸਾਰੇ ਕੋੜੇ ਖਾ ਲਏ ਨਹੀਂ, ਜ਼ਖਮੀ ਹੋ ਗਈ ਹੈ। ਮੈਂ ਅੱਗੇ ਬੰਦਾ ਸ਼ੀਆ ਹੀ ਨਹੀਂ ਹੋ ਸਕਦਾ ਜਿਹੜਾ ਹੈ ਨਹੀਂ ਕਰਿੰਦਾ, ਜ਼ਖਮੀ ਹੋ ਗਈ ਹੈ ਮਗਰ ਉੱਠਿਆ ਕਿਉਂ ਨਹੀਂ। ਹੈਵਾਨ ਆਪਣੀ ਜ਼ਬਾਨ 'ਚ ਇਹਨਾਂ ਦੇ ਪਾਸ ਵੇਖ ਕੇ ਆਦਾ, ਕਿਵੇਂ ਉੱਠੀ ਵਾਂ ਆ, ਜਿੱਦਾਂ ਉਹ ਤਾਜ਼ੀਆਂ ਨੇ ਪਏ ਮਰੇਂਦੇ ਆਏ ਨੂੰ, ਉਹ ਤਵੇਲਾ ਹਾ ਮੇਰੀ ਕੰਢ 'ਤੇ ਅਲੀ ਦੀਦੀ ਨਮਾਜ਼ ਪਈ ਪੜਦੀ ਆਈ, ਆਦਾਈ ਕਿਵੇਂ ਉੱਠੀ ਵਾ, ਉਹਦੇ ਹੱਥ ਰੁੱਧਿਓ ਇਨ ਜਾਣ ਪੋਵੇ, ਮਤਾ ਹੁਸੈਨ ਦੀ ਮਾਂ ਨਰਾਜ਼ ਹੋਵੇ। ਅਲਹਮਦੁਲਿਲਾ ਬਈ, ਇਸ ਰੰਗ ਨਾਲ ਬਾਜ਼ਾਰ ਨਿਭਾ ਕੇ ਅਲੀ ਦੀਆਂ ਧੀਆਂ ਦਰਬਾਰ ਆ ਗਈਆਂ। 4 ਜਾਂ 5 ਮਿੰਟ ਦੀ ਬਕਾਇਆ ਮਜਲਿਸ ਬਈ, ਜਾਂ ਬਾਜ਼ਾਰ ਆ ਗਈਆਂ, 1100, 1200 ਜਾਂ 1600 ਕੁਰਸੀ ਲੱਗੀ ਹੋਈ। ਮੈਂ ਤਾਂ ਹਰ ਮੈਂਬਰ 'ਤੇ ਆਖਿਆ, ਗੁਲਾਮਾਂ ਦੀ ਔਲਾਦ ਕੁਰਸੀਆਂ 'ਤੇ ਹੈ, ਅਰਸ਼ ਦੇ ਮਾਲਿਕ ਮਿੱਟੀਆਂ 'ਤੇ ਹੈ, ਨਾ ਮੁਨਾਸਿਬ ਮਕਾਮ 'ਤੇ ਆਈ। ਸਰ ਹੁਸੈਨ ਬਾਦਸ਼ਾਹ ਦਾ ਇਹ ਕਮੀਨਾ ਸਰ ਨਾਲ ਬੇਅਦਬੀ ਬੈਠੇ ਕਰਿੰਦਾ, ਆਦਾ ਅੱਜ ਕੋਈ ਸ਼ੀਆ ਹੋਵੇ ਆ ਦਰਬਾਰ 'ਚ ਹੋਵੇ ਆ, ਮੈਂ ਉਹਦੇ ਪੀਰਾਂ 'ਤੇ ਜ਼ੁਲਮ ਕਰਾਂ ਹਾਂ, ਉਹ ਰੋਵੇ ਆ ਮੈਨੂੰ ਬੜੀ ਖੁਸ਼ੀ ਹੋਵੇ ਆ। ਇੱਕ ਸਿਪਾਹੀ ਅੱਗੇ ਵਧਿਆ, ਤੇਰੇ ਜ਼ਿੰਦਾਨ 'ਚ ਮੁਖਤਾਰ ਕਹਿ ਦੇ,
ਕਹਦੇ ਵਜ ਮੁਖਤਾਰ ਨੂੰ ਲੈ ਆਓ। ਮੁਖਤਾਰ ਨੂੰ ਵੀ ਸਮੇਂ ਤਮਾਰ ਜ਼ਿੰਦਾਨ 'ਚ ਦੱਸਿਆ ਬਈ ਬਾਹਰਾ ਮੁਹਰਮ ਹੋ ਸੀ ਆ, ਤੈਨੂੰ ਅਕਬਰ ਦੇ ਬਾਬੇ ਦੀ ਜ਼ਿਆਰਤ ਹੋ ਸੀ। ਬਾਰਾ ਮੁਹਰਮ ਆਈ, ਮੁਖਤਾਰ ਕੜੀਆਂ 'ਤੇ ਮੱਥਾ ਲਾ ਕੇ ਰੋਂਦਾ ਬੈਠੇ। ਸਿਪਾਹੀ ਅੱਗੇ ਵਧਣ, ਇੱਕ ਸਿਪਾਹੀ ਮੁਖਤਾਰ ਦੇ ਪਾਸੇ ਵੇਖ ਕੇ ਆਦਾ ਹੈ, ਮੁਖਤਾਰ ਮੇਰਾ ਸਲਾਮ ਵੀ, ਮੁਖਤਾਰ ਆਦਾ ਮੇਰੇ ਸਲਾਮ ਵੀ, ਕਿਵੇਂ ਆਇਆ ਹੈ ਤੈਨੂੰ ਬਾਦਸ਼ਾਹ ਦਰਬਾਰ 'ਚ ਯਾਦ ਕੀਤਾ। ਮੁਖਤਾਰ ਕੜੀਆਂ ਕੁੰਜੀਆਂ ਟੁਰ ਪਿਆ, ਇੱਕ ਕਦਮ ਚਾਵਿਆ ਵਤ ਆਸਮਾਨ ਦਰ ਵੇਖਿਆ, ਵਾਤ ਦੋਏ ਬਾਈ ਸਰ ਤੇਰਾ ਕਿਆ ਦਾਈ, ਮੇਰਾ ਅੱਲਾ ਉਸ ਮਿਲਣਾ ਆ ਜਹਾਈ, ਮੇਰਾ ਅੱਲਾ ਕਿਵੇਂ ਹੋ ਸਕਦਾ ਹੈ ਜਿੰਦਾ ਬੋਲਣ ਕੁਰਾਨ ਬਣਦਾ ਹੋਵੇ, ਉਹਦਾ ਵਾਦਾ ਗਲਤ ਨਹੀਂ ਆਉਂਦਾ। ਇਹ ਗੱਲਾਂ ਕਰੇ ਦਾ ਆਇਆ ਦਰਬਾਰ ਦਾ ਦਰਵਾਜ਼ਾ ਆਇਆ, ਰਸ਼ ਢੇਰ ਆਈ ਹਰ ਦੀ ਨਿਗਾਹ ਪਈਏ, ਇੱਕ ਬਏ ਦਾ ਮੋਢਾ ਹਲਾ ਗਿਆ ਦਿਨ ਯਾਰ ਰਾਹ ਦੇ ਵੋ ਮੁਖਤਾਰ ਆ ਗਈ ਆਈ, ਮੁਖਤਾਰ ਦੀਆਂ ਮਨ ਦਾ ਐਲਾਨ ਹਰ ਕੈ ਸੁਣਿਆ, ਜਿਵੇਂ ਅਲੀ ਦੀਆਂ ਧੀਆਂ ਸੁਣਿਆ, ਇੰਜ ਕਹਿ ਨਹੀਂ ਸੁਣਿਆ ਦਈਆ ਦੀ ਬਾਰਿਸ਼ ਕੋਈ ਨਾ, ਬਦਲ ਕੋਈ ਨਾ ਆਈ, ਮੇਰੀ ਕੰਡ ਪਾਣੀ ਨਾਲ ਪੁੱਸ ਗਈ ਏ, ਦਈਆ ਦੀ ਬਛੜਾ ਅੱਲਾ ਦੇ ਨਾਂ ਤੇ ਰਸਾ ਰੋਂਦੀ ਕਿਉਂ ਏ, ਆਦੀ ਮੰਗ ਦੁਆ ਸ਼ਾਲ ਮੈਂ ਮਰ ਜਾਵਾਂ, ਹਾਏ ਬਛੜਾ ਮੌਤ ਮੰਗਣੀ ਆਈ ਆ, ਉਸ ਵੇਲੇ ਮੰਗਿਆ ਜਦੋਂ ਦਾ ਮੁਹਰਮ ਆਈ, ਤੇਰੇ ਅਕਬਰ ਤੁਜ਼ੀਨ ਛੁੱਟੀ ਆਈ ਆ, ਉਸ ਵੇਲੇ ਮੌਤ ਮੰਗਿਆ ਜਦੋਂ ਕਾਸਮ ਜੀਂਦਾ, ਤੇ ਗੋਲੇ ਭੱਜ ਗਏ ਨਾ, ਰੋ ਰੋ ਕੇ ਆਦੀ ਖੜੀਏ ਬਾਜ਼ਾਰ ਨਿਭਾਈਏ, ਮੌਤ ਨੀਹਾਂ ਮੰਗੀ ਆ, ਅੱਲਾ ਦੇ ਨਾਂ ਤੇ ਦੱਸਾ ਹੁਣ ਤਾਂ ਮੇਰੀ ਕੰਨ ਦਾ ਪਰਦਾ ਬਣਾਇਆ ਹੋਇਆ ਹੀ ਆ, ਹੁਣ ਮੌਤ ਕਿਉਂ ਪਈ ਮੰਗਦੀ ਏ ਅਲੀ ਦੀਦੀ ਉਚਾਰੁਨੀ ਆਈਆ, ਰੋ ਗਿਆ ਦੀ ਕਿਵੇਂ ਨਾ ਮੰਗਾ, ਮੇਰਾ ਫਿਰਾ ਆ ਗਿਆ, ਮੇਰੀ ਚਾਦਰ ਕੋਈ ਨਹੀਂ, ਅੰਮਾ ਮੈਂ ਅਲੀ ਦੀਦੀ ਆ, ਅੰਮਾ ਮੈਨੂੰ ਬਾਬੇ ਤੂੰ ਪਰਦਾਇਆ, ਮੈਂ ਹਯਾਵਾਂ ਅਲੀ ਜ਼ੈਨਬਾ, ਮੈਂ ਬਿਸਮਿਲਲਾ ਕਰਾਂ। ਇੱਥੇ ਹਾਲਤ ਆਈ, ਮੁਖਤਾਰ ਤਖਤ ਸਾਹਮਣੇ ਆ ਖੜਈ, ਮੁਖਤਾਰ ਸਲਾਮ ਨਹੀਂ ਕੀਤਾ, ਖੁਸ਼ਾਮਦੀ ਆਦਾ ਹੈ, ਮੁਖਤਾਰ ਤੇ ਅਮੀਰ ਦਾ ਸਲਾਮ ਹੀ ਨਹੀਂ ਕੀਤਾ। ਮੁਖਤਾਰ ਦੀ ਆਵਾਜ਼ ਪਿਆਂਦੀ, ਓ ਜ਼ਾਲਿਮਾ ਤੇਰਾ ਅਮੀਰ ਓ ਸੀ ਮੇਰਾ ਅਮੀਰ ਹੁਸੈਨ। ਮੁਖਤਾਰ ਦਾ ਕਿਉਂ ਛੱਡਿਆ ਯਾਦਾ, ਦਸੂਰ ਜ਼ਮਾਨਾ ਹੈ, ਜਦੋਂ ਹੀ ਬਾਦਸ਼ਾਹਾਂ ਨੂੰ ਖੁਸ਼ੀਆਂ ਮਿਲਦੀਆਂ ਹਨ, ਉਹ ਕੈਦੀਆਂ ਦੀ ਸਜ਼ਾ 'ਚ ਕਮੀ ਕਰੇ ਦਿਨ, ਯਾ ਹੱਥ ਆਜ਼ਾਦ ਕਰ ਛੁਣੇ ਦਿਨ, ਮੰਗ ਕੇ ਦੇਵਾਂ। ਮੁਖਤਾਰ ਦਾ ਮੰਗਣ ਵਾਲਾ ਨਹੀਂ ਆਦਾ, ਜ਼ਰੂਰ ਮੰਗ, ਮੈਨੂੰ ਜੋ ਇਤਨੀ ਖੁਸ਼ੀ ਹੋਈ ਹੈ। ਉਸ ਵੇਲੇ ਮੁਖਤਾਰ ਦਾ ਜੇ ਜ਼ਰੂਰ ਦੇਵਣਾ ਹੀ ਤਾਂ ਇੱਕ ਦਸਤਾ ਫੌਜ ਦਾ ਦੇ, ਤ੍ਰਾਏ ਦਿਨ ਦੀ ਮੋਹਲਤ ਰਿਹਾ ਦਾ, ਕਿਦੇ ਵਹਿੰਦਾ ਆਦਾ, ਸੁਣਿਆ ਅਕਬਰ ਦਾ ਬਾਬਾ ਕਰਬਲਾ ਹੋਇਆ, ਉਸ ਅਕਬਰ ਨੂੰ ਸਹਿਰ ਪਾਵਣੇ, ਮੈਂ ਜੋ ਉਹਨਾਂ ਦਾ ਨੌਕਰਾਂ, ਮੈਂ ਉਹਦੀ ਸ਼ਾਦੀ ਦਵਾਂਦਾ, ਸ਼ਾਦੀ ਦਾ ਨਾਮ ਆਵਣਾ ਯਾਦ ਦੂਰ ਨਵਾਂ, ਹੁਸੈਨ ਥਾਈ ਮਿਲਾਵਾਂ, ਨਾ ਮੁਨਾਸਬ ਮਕਾਮ ਤੂੰ ਸਰ ਜਾਂਦਾ ਆਈ। ਮੁਖਤਾਰ ਦਰ ਵਧਾ ਗਿਆ ਦਾ, ਸੁਣਾਣ ਇਹੋ ਹੁਸੈਨ ਈ ਆ, ਮਿੰਬਰ ਦੀ ਕਸਮ ਹੈ ਅਜਾ ਮੁਖਤਾਰ ਨਹੀਂ ਬੋਲਾ, ਯਾ ਕੱਪਿਓ ਲਬ ਹਲ ਗਏ, ਹੌਲੇ ਹੌਲੇ ਆਵਾਜ਼ ਪਈ ਆਉਂਦੀ ਹੈ, ਮੁਖਤਾਰ ਭੁੱਲ ਨਹੀਂ ਮੈਨੂੰ ਸੁਣਾਣ, ਮੈਂ ਹੁਸੈਨ, ਹੁਸੈਨ ਦਾ ਨਾਮ ਆਵਣਾ। ਮੁਖਤਾਰ ਨਾਰਾ ਤਕਬੀਰ ਬੁਲੰਦ ਕੀਤਾ, ਹੱਥ ਆਜ਼ਾਦ ਹੋ ਗਏ ਨਾਲ, ਸਿਪਾਹੀ ਤੂੰ ਤਲਵਾਰ ਲਈਏ, ਹਮਲੇ ਦਾ ਇਰਾਦਾ ਪਿਆ ਕਰੇਂਦਾ, ਜਦੋਂ ਕੜੀਆਂ ਵਾਲੇ ਹੱਥ ਕੰਢ ਤੇ ਆਏ ਨਾ, ਹੌਲੇ ਹੌਲੇ ਆਵਾਜ਼ ਆਉਂਦੀ ਹੈ, ਚਾਚਾ ਨਾਲ ਨੇ ਅਸਾਂ ਗਰੀਬ ਆਦਾ, ਕੌਣ ਜਾ ਜਾ ਛੱਡਣ ਵਾਲਾ, ਸੁਣਾਣ ਮੈਂ ਸਜਾਦ, ਸਜਾਦ ਨਾਮ ਆਵਣਾ। ਮੁਖਤਾਰਾਂ ਦਾ ਮੈਂ ਦੋਵੇਂ ਹੱਥ ਕਦਮਾਂ ਦਲਾਵਣ ਲੱਗਾ, ਰਾਤ ਵੱਧ ਗਈ ਹੈ ਤੇ ਉਚਾਰਨਾ ਹੈ, ਰੋਣਾ ਗਿਆ ਦਾ ਪਿਆ ਦਰਬਾਰ ਚ ਜ਼ੈਨਬ,
ਨਾ ਭਰ ਜਾ ਯਾ ਨਾਲੇ ਸੋ ਹੱਥ ਜ਼ਖਮੀ ਸੁਭਾਨ ਅੱਲਾਹ ਸੁਭਾਨ ਅੱਲਾਹ